ਲਓ ਵੀ ਦੋਸਤੋ ਆਪਾਂ ਨਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਆਓ ਹੱਸੀਏ। ਉਹ ਹੋਇਆ ਇਸ ਤਰ੍ਹਾਂ ਜੀ ਕਿ ਇੱਕ ਆਦਮੀ ਨਾ ਸ਼ਹਿਰ ਤੋਂ ਬਾਹਰ ਟੂਰ 'ਤੇ ਜਾ ਰਿਹਾ ਸੀ। ਜਦੋਂ ਉਹ ਦੂਜੇ ਸ਼ਹਿਰ ਪਹੁੰਚਿਆ ਤਾਂ ਉੱਥੇ ਉਹਨੇ ਇੱਕ ਹੋਟਲ ਬੁੱਕ ਕੀਤਾ ਹੋਇਆ ਸੀ ਰਾਤ ਰਹਿਣ ਵਾਸਤੇ। ਜਦੋਂ ਉਹ ਕਮਰੇ 'ਚ ਗਿਆ ਅਤੇ ਕਮਰੇ ਦੇ ਵਿੱਚ ਨਾ ਕੰਪਿਊਟਰ ਪਿਆ ਹੋਇਆ ਸੀ, ਅਤੇ ਉਹਨੂੰ ਆਪਣੀ ਪਤਨੀ ਦੀ ਯਾਦ ਆਈ ਅਤੇ ਉਹਨੇ ਕਿਹਾ ਮੈਂ ਪਤਨੀ ਨੂੰ ਨਾ ਈਮੇਲ ਭੇਜ ਦਿੱਤੀ। ਉਹਨੇ ਉਹ ਗਲਤੀ ਨਾਲ ਨਾ ਈਮੇਲ ਕਿਸੇ ਹੋਰ ਔਰਤ ਨੂੰ ਭੇਜ ਦਿੱਤੀ। ਉਹ ਔਰਤ ਆਪਣੇ ਪਤੀ ਦਾ ਸਸਕਾਰ ਕਰਕੇ ਆਈ ਸੀ, ਉਹ ਘਰ ਹਾਲੇ ਵੜੀ ਸੀ ਅਤੇ ਉਹਨੇ ਈਮੇਲ ਦੇਖੀ ਕੋਈ ਆਈ। ਉਹਨੇ ਕਿਹਾ ਵੀ ਕੋਈ ਅਫਸੋਸ ਕਰਨ ਵਾਲੇ ਦਾ ਹੋਏਗਾ ਈਮੇਲ। ਉਹਨੇ ਪੜ੍ਹੀ, ਜਦੋਂ ਉਹ ਪੜ੍ਹੀ ਤਾਂ ਉਹ ਬੇਹੋਸ਼ ਹੋ ਗਏ, ਕਿਉਂਕਿ ਉਹਦੇ ਵਿੱਚ ਲਿਖਿਆ ਹੋਇਆ ਸੀ ਉਹਦੇ ਪਤੀ ਵੱਲੋਂ ਕਿ ਮੇਰੀ ਪਿਆਰੀ ਪਤਨੀ, ਮੈਂ ਠੀਕ ਠਾਕ ਪਹੁੰਚ ਗਿਆ, ਇਹ ਜਗ੍ਹਾ ਬੜੀ ਵਧੀਆ, ਇੱਥੇ ਤਾਂ ਕੰਪਿਊਟਰ ਵੀ ਹੈਗਾ, ਪਰ ਮੈਂ ਇਕੱਲਾਪਣ ਮਹਿਸੂਸ ਕਰ ਰਿਹਾ ਅਤੇ ਇਸ ਕਰਕੇ ਮੈਂ ਤੇਰੇ ਵੀ ਇੱਥੇ ਆਉਣ ਦਾ ਅਰੇਂਜਮੈਂਟ ਕਰ ਦਿੱਤਾ ਅਤੇ ਤੂੰ ਕੱਲ੍ਹ ਮੇਰੇ ਕੋਲ ਪਹੁੰਚ ਰਹੀ ਹੈ। ਇਸ ਤਰ੍ਹਾਂ ਹੋਇਆ ਜੀ ਕਿ ਇੱਕ ਨਾ ਬੁੱਢਾ ਆਦਮੀ ਜਦੋਂ ਬਜ਼ੁਰਗ ਹੋ ਜਾਂਦੇ ਨੇ ਨਾ, ਤਾਂ ਉਹਦੇ ਕੋਲ ਰੱਬ ਨੇ ਕਿਹਾ ਕਿ ਤੂੰ ਨਾ ਚੰਗੇ ਕੰਮ ਕੀਤੇ ਨੇ, ਮਾੜੇ ਕੰਮ ਵੀ ਕੀਤੇ ਨੇ, ਪਰ ਮੈਂ ਤੈਨੂੰ ਹੁਣ ਨਾ ਇੱਕ ਬਿਮਾਰੀ ਲਾਉਣੀ ਪੈਣੀ ਹੈ, ਇੱਕ ਬਿਮਾਰੀ ਤੈਨੂੰ ਲਗਾਉਣੀ ਪੈਣੀ ਹੈ, ਪਰ ਤੂੰ ਤੇਰੇ ਕੋਲ ਆਪਸ਼ਨ ਹੈਗੀ ਹੈ, ਮੈਂ ਤੈਨੂੰ ਦੋ ਬਿਮਾਰੀਆਂ ਦੱਸਾਂਗਾ, ਤੂੰ ਉਹਦੇ ਵਿੱਚੋਂ ਇੱਕ ਚੁਣ ਲੈ। ਪਹਿਲੀ ਤਾਂ ਹੈਗੀ ਹੈ ਵੀ ਤੇਰੀ ਯਾਦ ਸ਼ਕਤੀ ਖਤਮ ਹੋ ਜਾਏਗੀ, ਦੂਜੀ ਇਹ ਹੈ ਕਿ ਤੇਰੇ ਹੱਥ ਕੰਬਣ ਲੱਗ ਪੈਣਗੇ, ਹੁਣ ਤੂੰ ਸੋਚ ਲੈ। ਤਾਂ ਉਹ ਕਹਿਣ ਲੱਗਿਆ ਵੀ ਮੈਨੂੰ ਨਾ ਆਪਣੇ ਦੋਸਤਾਂ ਕੋਲੋਂ ਪੁੱਛ ਲੈਣ ਦਿਓ। ਉਹਨੇ ਜਾ ਕੇ ਦੋਸਤਾਂ ਨਾਲ ਸਲਾਹ ਕੀਤੀ, ਦੋਸਤ ਕਹਿੰਦੇ ਦੇਖ ਹੱਥ ਕੰਬਣ ਵਾਲੀ ਬਿਮਾਰੀ ਲੈ ਲੈ, ਕਿਉਂਕਿ ਜੇ ਤੂੰ ਦੋ ਪੈਗ ਪਾਏਗਾ ਹੱਥ ਕੰਬਣ ਕਰਕੇ ਇੱਕ ਡੁੱਲ ਵੀ ਗਿਆ ਤਾਂ ਕੀ ਹੋਇਆ, ਪਰ ਜੇ ਯਾਦ ਸ਼ਕਤੀ ਨਾ ਰਹੇ ਤਾਂ ਤੈਨੂੰ ਯਾਦ ਹੀ ਨਹੀਂ ਰਹੇਗਾ ਕਿ ਬੋਤਲ ਕਿੱਥੇ ਰੱਖੀ ਸੀ। ਅਤੇ ਇਸ ਤਰ੍ਹਾਂ ਹੋਇਆ ਜੀ ਕਿ ਇਹ ਪਿੱਛੇ ਜੇ ਨਾ ਬਾਰਿਸ਼ਾਂ ਬਹੁਤ ਪਈਆਂ ਨੇ, ਬਾਰਿਸ਼ਾਂ ਇੰਨੀਆਂ ਜ਼ਿਆਦਾ ਪਈਆਂ ਕਿ ਉੱਥੋਂ ਦੀਆਂ ਕੁੜੀਆਂ ਦੇ ਸਾਰਾ ਮੇਕਅਪ ਹੀ ਉਤਰ ਗਿਆ ਅਤੇ ਉਹਦੇ ਕਰਕੇ ਚਾਰ ਮੁੰਡਿਆਂ ਦੀ ਮੌਤ ਹੋ ਗਈ। ਇੱਕ ਪਤਨੀ ਪਤੀ ਨੂੰ ਕਹਿਣ ਲੱਗੀ ਕਿ ਮੈਨੂੰ ਸੁਪਨੇ ਵਿੱਚ ਨਾ ਤੁਸੀਂ, ਅੱਜ ਮੇਰੇ ਸੁਪਨੇ 'ਚ ਤੁਸੀਂ ਮੈਨੂੰ ਹੀਰਿਆਂ ਦਾ ਹਾਰ ਦਿੱਤਾ ਸੀ। ਤਾਂ ਪਤੀ ਕਹਿਣ ਲੱਗਿਆ ਚੰਗਾ ਸੌਂ ਜਾ ਅਤੇ ਫਿਰ ਸੁਪਨੇ 'ਚ ਪਾ ਵੀ ਲਵੇ। ਇੱਕ ਪਤਨੀ ਨੇ ਆਪਣੇ ਪਤੀ ਨੂੰ ਕਿਹਾ ਕਿੱਥੇ ਹੋ ਕਿੱਥੇ ਹੋ, ਉਹ ਕਹਿੰਦਾ ਮੈਂ, ਉਹ ਤੈਨੂੰ ਯਾਦ ਹੈ ਨਾ ਦਿਵਾਲੀ ਦੇ ਮੌਕੇ 'ਤੇ ਆਪਾਂ ਇੱਕ ਜਿਊਲਰੀ ਸ਼ਾਪ ਵਿੱਚ ਆਏ ਸੀ, ਤੈਨੂੰ ਇੱਕ ਹੀਰਿਆਂ ਦਾ ਹਾਰ ਪਸੰਦ ਆਇਆ ਸੀ, ਪਰ ਉਦੋਂ ਮੇਰੇ ਕੋਲ ਪੈਸੇ ਨਹੀਂ ਸੀ, ਮੈਂ ਉਹਦੇ ਸਾਹਮਣੇ ਖੜਾ ਹੋਇਆ। ਤਾਂ ਪਤਨੀ ਬੜੀ ਖੁਸ਼ ਹੋਈ ਵੀ ਹੁਣ ਤਾਂ ਕੁਛ ਨਾ ਕੁਛ ਹੋਵੇਗਾ। ਤਾਂ ਕਹਿੰਦਾ ਮੈਂ ਉਹਦੇ ਬਿਲਕੁਲ ਸਾਹਮਣੇ ਖੜਾ ਜਿੱਥੇ ਹਲਵਾਈ ਦੀ ਦੁਕਾਨ ਹੈ ਅਤੇ ਉਹ ਤਾਜ਼ੇ ਤਾਜ਼ੇ ਸਮੋਸੇ ਬਣਾ ਰਿਹਾ, ਮੈਂ ਸਮੋਸੇ ਲੈ ਕੇ ਆਇਆ, ਤੂੰ ਚਾਹ ਬਣਾ। ਥੈਂਕ ਯੂ ਸੋ ਮਚ, ਖੁਸ਼ ਰਹੋ, ਖੁਸ਼ਹਾਲ ਰਹੋ, ਹੱਸਦੇ ਰਹੋ, ਹਸਾਉਂਦੇ ਰਹੋ।